Hello and welcome to the Tribune web network. So we are joined by Mr. Aujla and let's talk to him about his priorities and the challenges he has to face. ਚੈਲੇਂਜਸ ਸਭ ਤੋਂ ਵੱਡਾ ਇਹੀ ਹੈ ਕਿ ਜਿਹੜੇ ਕੰਮ ਨੇ ਉਹ ਕਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਤੋਂ ਕਰਵਾ ਕੇ ਦੇਣੇ ਨੇ ਤਾਂ ਕਿ ਅੰਮ੍ਰਿਤਸਰ ਵਾਸੀ ਇਹ ਮਹਿਸੂਸ ਨਾ ਕਰਨ ਕਿ ਓਪੋਜੀਸ਼ਨ ਦਾ ਕੋਈ MP ਬਣ ਗਿਆ। CM ਸਾਹਿਬ ਅਤੇ ਸਾਡੇ ਲੋਕਲ ਬੋਡੀਜ਼ ਮਿਨਿਸਟਰ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਤੁਹਾਡੇ ਵੀ ਬੜੇ ਕਲੋਜ਼ ਹੈਗੇ ਨੇ, ਉਹਨਾਂ 'ਚ ਕੋਲਡ ਵਾਰ ਚੱਲ ਰਹੀ ਆ, ਬੈਕਗਰਾਊਂਡ ਤੁਹਾਨੂੰ ਸਾਰੀ ਪਤਾ ਹੈਗੀ ਆ, ਅਤੇ ਤੁਸੀਂ ਕੋਈ ਕਿਸੇ ਕਿਸਮ ਦਾ ਕੋਈ ਉਪਰਾਲਾ ਕਰੋਗੇ ਮੀਡੀਏਟਰ ਬਣ ਕੇ ਜਾਂ ਕਿਸੇ ਤਰੀਕੇ ਨਾਲ ਇਹਨੂੰ ਰਿਜ਼ੋਲਵ ਕਰਨ ਵਾਸਤੇ? ਦੇਖੋ, ਕਰਨਾ ਚਾਹੀਦਾ। ਦੇਖੋ, ਇਹ ਗੱਲ ਖਤਮ ਹੋਣੀ ਚਾਹੀਦੀ। ਕਾਂਗਰਸ ਲਈ ਕੋਈ ਵੀ ਹਾਨੀਕਾਰ ਕਿ ਜਿਹੜੀ ਗੱਲ ਹੈ ਉਹ ਨਹੀਂ, ਮਤਲਬ ਉੱਪਰਲੀ ਆਉਣੀ ਚਾਹੀਦੀ। ਮੈਂ ਤਾਂ ਇਸ ਗੱਲ ਤੋਂ ਸਿੱਧੂ ਸਾਹਿਬ ਤੋਂ ਵੀ ਹਾਂ ਕਿ ਜੇ ਕੋਈ ਗੱਲ ਹੈ ਤਾਂ ਆਪਾਂ ਨੂੰ ਪਾਰਟੀ ਪਲੇਟਫਾਰਮ 'ਤੇ ਕਰਨੀ ਚਾਹੀਦੀ ਹੈ, ਔਰ ਪਾਰਟੀ ਬਹੁਤ ਵੱਡੀ ਹੈ। ਕਿਹੜੀ ਕੋਈ ਸਟੇਟ ਪਾਰਟੀ ਹੈਗੀ ਤੁਸੀਂ ਪ੍ਰਧਾਨ ਖਤਮ ਹੋ ਗਿਆ, ਹੁਣ ਕਿਹਦੇ ਕੋਲ ਜਾਈਏ? ਔਰ ਸਿੱਧੂ ਸਾਹਿਬ ਦਾ ਉੱਪਰ ਵੀ ਬਹੁਤ ਸੋਹਣਾ ਹੈ, ਉਹਨਾਂ ਦੇ ਨਾਲ ਰਾਹੁਲ ਜੀ ਨਾਲ, ਪ੍ਰਿੰਕਾ ਜੀ ਨਾਲ, ਔਰ ਉੱਪਰਲੀ ਜਦੋਂ ਗੱਲ ਕਰਦੀ ਹੈ ਨੁਕਸਾਨ, ਉਹਨਾਂ ਨੂੰ ਬਠਿੰਡੇ ਸੀਟ 'ਤੇ ਇਹਨਾਂ ਨੇ ਉੱਪਰਲੀ ਗੱਲ ਕੀਤੀ, ਅਤੇ ਮੈਂ ਸਮਝਦਾ ਉੱਥੇ ਬਠਿੰਡੇ ਨੁਕਸਾਨ ਜ਼ਰੂਰ ਹੋਇਆ, ਕਿਉਂਕਿ ਜਦੋਂ ਇਹੋ ਜਿਹੇ ਐਲੀਗੇਸ਼ਨ ਲੱਗ ਜਾਂਦੇ ਫਿਰ ਜਿਹੜੀ ਵੇਵਰਿੰਗ ਵੋਟ ਹੁੰਦੀ ਹੈ ਉਹ ਕਿਤੇ ਨਾ ਕਿਤੇ ਜਾ ਕੇ ਇੱਕ ਸਾਈਡ ਕਰ ਜਾਂਦੀ ਹੈ, ਅਤੇ ਅੱਜ ਉੱਥੇ ਵੀ ਨੁਕਸਾਨ ਹੋਇਆ। ਸੋ ਇਹ ਚੀਜ਼ਾਂ ਨੂੰ ਮਤਲਬ ਆਪਾਂ ਨੂੰ ਦੇਖਣਾ ਪਊਗਾ, ਔਰ ਇਹ ਪਾਰਟੀ ਲੈਵਲ ਦੇ ਜਦੋਂ ਕੇਡਰ ਪਾਰਟੀ ਹੈ ਤਾਂ ਪਾਰਟੀ ਦੇ ਅੰਦਰ ਹੀ ਗੱਲ ਕਰਨੀ ਚਾਹੀਦੀ ਹੈ। ਸੋ ਇਹਦਾ ਨੁਕਸਾਨ ਤਾਂ ਹੋਇਆ ਵਾ, ਪਰ ਹੁਣ ਕੋਸ਼ਿਸ਼ ਕਰਾਂਗੇ ਕਿ ਪੈਚਅਪ ਹੋਣਾ ਚਾਹੀਦਾ। ਮਾਨਯੋਗ ਸਿੱਧੂ ਸਾਹਿਬ ਵੀ ਸਾਡੇ ਲੀਡਰ ਨੇ, ਔਰ ਕਪਤਾਨ ਸਾਹਿਬ ਦੀ ਤੁਹਾਨੂੰ ਦੇਖੋ ਨਾ, ਅੱਜ ਪੰਜਾਬ 'ਚ ਪਹਿਲੀ ਵਾਰੀ 8 ਸੀਟਾਂ ਕੋਈ ਸੱਤਾ ਪੱਖ ਪਾਰਟੀ ਜਿੱਤੀ ਹੈ, ਨਹੀਂ ਤਾਂ ਸੱਤਾ ਪੱਖ ਪਾਰਟੀ MP ਹਾਰ ਜਾਂਦੀ ਹੈ, ਪਹਿਲੀ ਵਾਰੀ ਜਿੱਤੀ ਹੈ। ਔਰ ਜਿਹੜਾ ਵੱਡੀ ਸੀਟ ਬਠਿੰਡੇ ਆ ਤੁਹਾਡੇ ਸਾਹਮਣੇ, ਕਿੰਨੇ ਕੁ ਮਾਰਜਨ ਨਾਲ ਉਹ ਜਿੱਤੇ? ਬਹੁਤ ਥੋੜ੍ਹਾ ਮਾਰਜਨ ਸੀ, ਔਰ ਇਹ ਕਪਤਾਨ ਸਾਹਿਬ ਦੇ ਚੰਗੇ ਕੀਤੇ ਕੰਮ ਹੀ ਨੇ ਅਤੇ ਅੱਜ ਇੱਥੋਂ ਤੱਕ ਗਏ ਹਾਂ। ਇੱਕ ਬਰੀਫ 'ਚ ਆਪਣਾ ਨਾ ਵਿਜ਼ਨ ਦੱਸੋ ਮੈਨੂੰ ਕਿ ਤੁਸੀਂ ਅੰਮ੍ਰਿਤਸਰ ਵਾਸਤੇ ਕੀ ਵਿਜ਼ਨ ਲੈ ਕੇ ਚੱਲ ਰਹੇ ਹੋ? ਮੇਰਾ ਅੰਮ੍ਰਿਤਸਰ ਵਾਸਤੇ ਇਹੀ ਵਿਜ਼ਨ ਹੈ, ਜਿਹੜਾ ਅੰਮ੍ਰਿਤਸਰ ਵਸਨੀਕ ਹੈ, ਚਾਹੇ ਉਹਨੂੰ ਨਿੱਜੀ ਮੁਸ਼ਕਲ ਹੈ, ਚਾਹੇ ਉਹਨੂੰ ਪ੍ਰਸ਼ਾਸਨ ਦੀ ਮੁਸ਼ਕਲ ਹੈ, ਚਾਹੇ ਉਹਦੀ ਭਵਿੱਖ ਦੀ ਬੱਚੇ ਦੇ ਬਾਰੇ ਚਿੰਤਾ ਹੈ, ਇਹ ਇੱਕ ਇੱਕ ਬੰਦੇ ਦਾ ਜਿਹੜਾ ਮੁਸ਼ਕਲ ਹੈ ਉਹ ਮੇਰਾ ਵਿਜ਼ਨ ਹੈ, ਉਹਨੂੰ ਮੁਸ਼ਕਲ ਨੂੰ ਹੱਲ ਕਰ ਪਾਉਣਾ, ਚਾਹੇ ਹੈਲਥ ਨਾਲ ਰਿਲੇਟਡ ਹੋਵੇ, ਚਾਹੇ ਐਜੂਕੇਸ਼ਨ ਨਾ ਹੋਵੇ, ਚਾਹੇ ਇੰਪਲਾਈਮੈਂਟ ਨਾ ਹੋਵੇ। ਸੋ ਇਹਨਾਂ ਦੇ ਵਿੱਚ ਤਕਰੀਬਨ ਹਰ ਚੀਜ਼ ਆ ਜਾਂਦੀ, ਔਰ ਉਹਨਾਂ ਦੀਆਂ ਮੁਸ਼ਕਲਾਂ ਜਿੰਨਾ ਚਿਰ ਉਹ ਘਰ ਬੈਠੇ ਸਕੂਨ ਨਹੀਂ ਲੈਣਗੇ ਵੀ ਹਾਂ ਗੁਰਜੀਤ ਔਜਲੇ ਨੂੰ ਠੀਕ ਚੁਣਿਆ ਸੀ, ਇਹਨੇ ਸਾਡੀਆਂ ਮੁਸ਼ਕਲਾਂ ਹੱਲ ਕੀਤੀਆਂ ਨੇ, ਸਾਰੀਆਂ ਨੇ ਕੁਝ ਕੀਤੀਆਂ ਨੇ, ਜਾਂ ਸਾਰੀਆਂ ਹੱਲ ਹੋਣ ਜਾ ਰਹੀਆਂ ਨੇ, ਜਾਂ ਕਰ ਰਿਹਾ ਇਹ ਕੋਸ਼ਿਸ਼ ਜਾਰੀ ਹੈ, ਇਹ ਮੇਰਾ ਵਾਅਦਾ ਹੈ ਕਿ ਇਹ ਉਹਨਾਂ ਲੋਕਾਂ ਤੱਕ, ਜਿਹੜੀ ਮੇਰੀ ਫੀਲਿੰਗ ਹੈ, ਜਿਹੜੀ ਮੈਂ ਕਰੂੰਗਾ ਕੰਮ ਦੀ ਫੀਲਿੰਗ, ਉਹਨਾਂ ਲੋਕਾਂ ਤੱਕ ਜ਼ਰੂਰ ਜਾਏ। ਜਿਹੜਾ ਮੈਂ ਪ੍ਰਸ਼ਾਸਨ ਅਧਿਕਾਰੀਆਂ ਦੀ ਮੀਟਿੰਗ ਲੈ ਰਿਹਾ ਵੀ ਜਿਹੜਾ ਵੀ ਮਤਲਬ ਸਾਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਜਾਂ ਜਿਹੜੇ ਸਵਾਲ ਸਾਨੂੰ ਆਏ ਰਹਿੰਦੀਆਂ ਵੀ, ਕਿਉਂਕਿ ਸਰਕਾਰ ਸੀ ਸਾਡੀ, ਉਹ ਇੱਕ ਇੱਕ ਮੁਸ਼ਕਲ ਜਿਹੜੀ ਆ ਪ੍ਰਸ਼ਾਸਨ ਅਧਿਕਾਰੀ ਦੇ ਨਾਲ ਡਿਸਕਸ ਕੀਤੀ ਜਾਏਗੀ। ਖਾਸ ਕਰ ਡਰੱਗ ਦੀ ਮੁਸ਼ਕਲ, ਉਹ ਪੁੱਛਿਆ ਜਾਏਗਾ ਵੀ ਡਰੱਗ ਕਿਉਂ ਵਿਕਿਆ, ਕਿਉਂ ਵਿਕ ਰਿਹਾ ਆ, ਕੀ ਥਾਣੇ ਨੂੰ ਨਹੀਂ ਪਤਾ, ਕੀ ਪੁਲਿਸ ਨੂੰ ਨਹੀਂ ਪਤਾ, ਇਹਦੀ ਜਵਾਬਦੇਹੀ ਜਿਹੜੀ ਆ ਪੁਲਿਸ ਬਣੇਗੀ ਅੰਮ੍ਰਿਤਸਰ ਜ਼ਿਲ੍ਹੇ 'ਚ, ਇਹ ਤਾਂ ਮੇਰਾ ਵਾਅਦਾ ਤੁਹਾਡੇ। ਪ੍ਰੋਗਰਾਮ ਕਰ ਦੇਣ, ਕਿਉਂਕਿ ਇਹਨਾਂ ਨੇ 5-6 ਕਰਨੇ ਆ, ਮੈਨੂੰ ਵੀ ਔਫਰ ਆਈ ਸੀ ਕੋਈ, ਤੁਹਾਨੂੰ ਬੰਬੇ ਦਾ ਕੋਈ ਸਟਾਰ ਆ ਵੀ ਕੋਈ ਆਵੇ, ਮੈਂ ਕਿਹਾ ਸਾਡੇ ਕੋਲ ਸਟਾਰ ਰੱਬ ਦੀ ਕਿਰਪਾ ਨਾਲ ਬਹੁਤ ਨੇ, ਸਾਡੇ MLA ਮੰਤਰੀ ਸਟਾਰ ਨੇ, ਮੇਰੇ ਵਰਕਰ ਸਟਾਰ ਨੇ। ਐਤਕੀ ਮੈਂ ਗੱਲ ਦੱਸਣੀ ਚਾਹੁੰਦਾ ਹਾਂ ਕਿ ਜੇ ਤੁਸੀਂ ਸਟਾਰਾਂ ਦੇ ਸਿਰ 'ਤੇ ਜਿੱਤ ਸਕਦੇ ਹੋਵੋਗੇ ਫਿਰ ਅੰਮ੍ਰਿਤਸਰ ਜ਼ਰੂਰ ਜਿੱਤ ਕੇ ਦਿਖਾਇਓ, ਮੇਰਾ ਇਹ ਮੈਸ ਮੇਰਾ ਖੁੱਲ੍ਹਾ ਚੈਲੇਂਜ ਸੀ। ਅਤੇ ਜੇ ਸਟਾਰ ਤੁਹਾਨੂੰ ਜਿਤਾ ਸਕਦੇ ਹੋਏ ਅਤੇ ਤੁਸੀਂ ਜ਼ੋਰ ਲਾ ਲਿਓ, ਤੁਸੀਂ ਅੰਮ੍ਰਿਤਸਰ ਜਿਤਾ ਕੇ ਦਿਖਾਇਓ। ਇਸ ਗੱਲ ਨੂੰ ਉਹਨਾਂ ਨੇ ਸਨੀ ਦਿਓਲ ਨੂੰ ਵੀ ਬੁਲਾਇਆ, ਗੌਤਮ ਗੰਭੀਰ ਵੀ ਆਇਆ, ਸਮ੍ਰਿਤੀ ਇਰਾਨੀ, ਅਮਿਤ ਸ਼ਾਹ ਜਿਹੜੇ ਵੱਡੇ ਇਹਨਾਂ ਦੇ ਲੀਡਰ ਨੇ, ਔਰ ਅਨੇਕਾਂ ਹੋਰ ਲੀਡਰ ਇਹਨਾਂ ਦੇ, ਘੱਟੋ ਘੱਟ 10 ਤੋਂ 12 ਲੀਡਰ ਇਹਨਾਂ ਦੇ ਵੱਡੇ ਆਏ ਕਿ ਸ਼ਾਇਦ ਪੁਰੀ ਸਾਹਿਬ ਨੂੰ ਜਿਤਾ ਪਾਈ ਉਹਨਾਂ ਦੀ ਕੰਮੇ। ਮੇਰਾ ਮਕਸਦ ਕਹਿਣ ਦਾ ਇਹ ਹੈ, ਦੇਖੋ ਜਿੰਨਾ ਚਿਰ ਤੁਸੀਂ ਧਰਾਤਲ ਨੂੰ ਨਹੀਂ ਸਮਝਦੇ, ਜਿੰਨਾ ਚਿਰ ਉਹਨਾਂ ਨੂੰ ਜਾਣਦੇ ਨਹੀਂ ਗੇ, ਇਹ ਉੱਥੇ ਚੱਲ ਜਾਂਦਾ ਜਿੱਥੇ ਦੋਵੇਂ ਇੱਕੋ ਜਿਹੇ ਹੋਵਾਂਗੇ। ਠੀਕ ਹੈ। ਸੋ ਦਿਸ ਵਾਜ਼ ਮਿਸਟਰ ਔਜਲਾ ਵਿਦ ਅਸ, ਦਿਸ ਇਜ਼ GS ਪੌਲ ਵਿਦ ਕੈਮਰਾਮੈਨ ਵਿਸ਼ਾਲ ਕੁਮਾਰ ਫੋਰ ਦੀ ਟ੍ਰਿਬਿਊਨ। ਥੈਂਕਸ ਫੋਰ ਵਾਚਿੰਗ।